ਸਿਰਫ ਕੁਝ ਹੀ ਘੰਟਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ। ਵਿੱਕੀ ਭਾਟੀਆ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਆ ਗਏ ਕਿਉਂਕਿ ਵਿੱਕੀ ਭਾਟੀਆ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਕਾਰਜਕਰਤਾ ਹਨ ਅਤੇ ਉਹ ਹੁਣ ਮੌਜੂਦਾ ਸਰਕਲ ਪ੍ਰਧਾਨ ਵੀ ਸਨ ਅਤੇ ਵਿੱਕੀ ਭਾਟੀਆ ਨੂੰ ਯਾਦਵਿੰਦਰ ਸਿੰਘ ਜਾਦੂ ਦੀਆਂ ਸੱਜੀਆਂ ਖੱਬੀਆਂ ਬਾਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਕਹਿਣ ਤੋਂ ਬਾਅਦ ਵਿੱਕੀ ਭਾਟੀਆ ਨੇ ਅੱਜ ਮੁੜ ਅਕਾਲੀ ਦਲ ਜੁਆਇਨ ਕਰ ਲਿਆ। ਅੱਜ ਯਾਦਵਿੰਦਰ ਸਿੰਘ ਜਾਦੂ ਨੇ ਸਰੋਪੇ ਪਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਵਿੱਕੀ ਭਾਟੀਆ ਨੂੰ ਵਧਾਈਆਂ ਦਿੱਤੀਆਂ। ਦੁਬਾਰਾ ਵਾਲੀ ਤਾਂ ਤੁਹਾਨੂੰ ਕੋਈ ਗੱਲ ਨਹੀਂ, ਅਸੀਂ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰ ਆ ਜਿਹਨੂੰ ਭੁੱਲਿਆ ਨਹੀਂ ਕਹਿੰਦੇ ਹੈਗੇ ਕਿਉਂਕਿ ਜਦੋਂ ਮੈਂ ਕੱਲ੍ਹ ਚਲੋ ਜੋ ਕੁਛ ਹੋਇਆ ਐਪੀਸੋਡ ਜੋ ਹੋਇਆ ਕਰਕੇ ਮੈਂ ਘਰ ਗਿਆ, ਮੇਰੇ ਪਿਤਾ ਜੀ ਬੈਠੇ ਨੇ, ਇਹ ਮੇਰੇ ਨਾਲ ਬੋਲਣ ਤੋਂ ਵੀ ਹਟ ਗਏ। ਮੈਂ ਕਿਹਾ ਬਾਪੂ ਜੀ ਕੀ ਗੱਲ ਹੋ ਗਈ, ਕਹਿੰਦੇ ਵੀ ਪੁੱਤ ਮੈਂ ਵੀ ਤੂੰ ਦਾਗ ਲਾਉਣ ਲੱਗਿਆ ਗੱਲ ਨੂੰ ਐ ਨਹੀਂ। ਅਤੇ ਜਾਦੂ ਨਾਲ ਸਾਡਾ ਪਰਿਵਾਰਕ ਰਿਲੇਸ਼ਨ ਹੈ, ਜਾਦੂ ਸਾਡਾ ਪਰਿਵਾਰ ਦਾ ਮੁਖੀ ਹੈ, ਵੱਡਾ ਇਹਨਾਂ ਦਾ ਕਹਿੰਦਾ ਮੇਰਾ ਪੋਤਾ ਜੀ, ਇਹਨਾਂ ਨੇ ਵੀ ਮੈਨੂੰ ਗੱਲ ਕਹੀ ਪਾਪਾ ਜੀ ਨੇ। ਸੋ ਸਾਰੇ ਪਰਿਵਾਰ ਦਾ ਜੋ ਫੈਸਲਾ ਸੀ ਪਰਿਵਾਰ ਦੇ ਫੈਸਲੇ ਨੂੰ ਮੰਨਦੇ ਹੋਏ ਜੋ ਹੁਣ ਅਸੀਂ ਯਾਦਵਿੰਦਰ ਸਿੰਘ ਜਾਦੂ, ਕਿਉਂਕਿ ਸਾਡਾ ਪਰਿਵਾਰ ਇੱਕੋ ਹੀ ਅਸੀਂ ਆ, ਅਸੀਂ ਬਾਹਾਂ ਵਾਂ, ਠੀਕ ਹੈ। ਕੋਈ ਰੋਸੇ ਸੀ ਮਨ ਦੇ ਵਿੱਚ, ਗੱਲਾਂ ਸੀਗੀਆਂ, ਉਹ ਬਹਿ ਕੇ ਸਾਡਾ ਅਕਾਲੀ ਦਲ ਪਰਿਵਾਰ, ਰੋਸ਼ਾ ਜੀ ਬੈਠਿਆ, ਜੀਤ ਜੀ ਬੈਠਿਆ, ਸਾਰੇ ਤਰਤੇਜ ਸਿੰਘ ਖੱਟਣਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੇਟਾ ਜੀ ਬੈਠੇ ਨੇ, ਸਾਡੇ ਸਾਧਵੀ ਸਿੰਘ ਕਾਲੀ ਰਾਓ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਵਿੱਚ ਨੇ, ਭੈਣ ਨੀਤੂ ਜੀ ਬੈਠੇ ਨੇ, ਸਾਰਿਆਂ ਨੇ ਫੈਸਲਾ ਕੀਤਾ ਵੀ ਵਿਸ਼ਾਲ ਜੀ ਬੈਠੇ ਨੇ ਕਿਉਂਕਿ ਜੱਗੀ ਜੀ ਵੀ ਆਏ ਨੇ ਅਤੇ ਸਾਡੇ ਤਜਿੰਦਰ ਸਿੰਘ ਜੀ ਦਿਹਾਤੀ ਦੇ ਵੀ ਪ੍ਰਧਾਨ ਬੈਠੇ ਨੇ ਕਿਉਂਕਿ ਜਾਦੂ ਸਾਡਾ ਪਰਿਵਾਰ ਹੈ। ਅੰਕਲ ਨੇ ਵੀ ਇਹੀ ਗੱਲ ਕੀ, ਸਾਡੇ ਪਿਤਾ ਜੀ ਨੇ ਜਦੋਂ ਗੱਲ ਕਹੀ ਵੀ ਜਾਦੂ ਸਾਡਾ ਪਰਿਵਾਰ ਹੈ, ਵੀ ਅਸੀਂ ਜਾਦੂ ਤੋਂ ਅਲੱਗ ਨਹੀਂ ਹੋ ਸਕਦੇ, ਵੱਡੇ ਜਾਵਾਂਗੇ। ਸੋ ਰਾਤ ਸਾਰੀ ਰਾਤ ਸਮਾਨ ਘਰ ਦੇ ਵਿੱਚ ਨਹੀਂ ਬੈਠ ਕੇ, ਜੋ ਰਾਤ ਰੋਟੀ ਵੀ ਨਹੀਂ ਘਰ 'ਚ ਪੱਕੀ, ਸੋ ਘਰਦਿਆਂ ਨੇ ਵੀ ਇਸ ਗੱਲ ਦਾ ਕੀਤਾ ਵੀ ਜੋ ਹੋਇਆ ਗਲਤ ਫੈਸਲਾ ਹੋਇਆ ਵੀ ਇਸ ਫੈਸਲੇ ਦਰੁਸਤ ਕੀਤਾ ਜਾਵੇ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ ਤੁਹਾਨੂੰ ਭੁੱਲਿਆ ਨਹੀਂ ਕਹਿੰਦੇ। ਹੁਣ ਖਾਲਸਾ ਜੀ ਸਪੋਰਟ ਕਰੂੰਗੇ ਤੁਸੀਂ, ਖਾਲਸਾ ਜੀ ਬਾਰੇ ਵੀ ਕਾਫੀ? ਹਾਂ ਖਾਲਸਾ, ਉਹ ਤਾਂ ਦੇਖੋ ਪਾਰਟੀ ਖਾਲਸਾ ਕੋਈ ਪਰਸਨਲ ਨਹੀਂ ਹੈਗਾ, ਖਾਲਸਾ ਪਰਸਨਲ ਆਪਣਾ ਆਪ ਹੋਊਗਾ, ਪਰ ਪਾਰਟੀ ਦਾ ਕੈਂਡੀਡੇਟ ਹੈ, ਪਾਰਟੀ ਦਾ ਅਸੀਂ ਮਦਦ ਕਰਨੀ ਕਰਨੀ, ਸ਼੍ਰੋਮਣੀ ਅਕਾਲੀ ਦਲ ਦਾ ਖਾਲਸਾ ਜੋ ਮਰਜ਼ੀ ਹੋਵੇ, ਖਾਲਸਾ ਯਾਨੀ ਕਿ ਸਾਡਾ ਪਾਰਟੀ ਦਾ ਕੈਂਡੀਡੇਟ ਹੈ, ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ, ਅਸੀਂ ਉਹਦੀ ਮਦਦ, ਯਾਦਵਿੰਦਰ ਸਿੰਘ ਜਾਦੂ ਦੀ ਮਦਦ ਅਸੀਂ ਇੱਥੋਂ ਜੇ ਖਾਲਸੇ ਜਿਧਾ ਕੇ ਭੇਜਾਂਗੇ। ਯਾਦਵਿੰਦਰ ਸਿੰਘ ਜਾਦੂ ਦੀ ਜਿੱਤ ਹੋਣੀ ਹੈ, ਉਹ ਇੱਕ ਤਰ੍ਹਾਂ ਕੋਈ ਐਸੀ ਗੱਲ ਨਹੀਂ, ਸਮੁੱਚੀ ਅਕਾਲੀ ਦਲ ਦੀ ਜਿੱਤ ਹੋਣੀ ਹੈ, ਉਹ ਤਾਂ ਅਸੀਂ ਕੰਮ ਕਰਨਾ ਹੀ ਕਰਨਾ ਪਾਰਟੀ ਦੇ ਆਮ ਆਦਮੀ। ਹਾਂਜੀ ਪ੍ਰਧਾਨ ਜੀ, ਦੁਬਾਰਾ ਜਿਹੜੇ ਆ ਪਾਰਟੀ ਅਕਾਲੀ ਦਲ 'ਚ ਆਏ ਨੇ, ਕੀ ਕਹਿਣਾ ਚਾਹੁੰਦੇ ਹੋ ਜੀ? ਦੇਖੋ ਜੀ, ਕੋਈ ਪਾਰਟੀ ਦੇ ਕੋਈ ਮਨ ਮੁਟਾਵ ਹੁੰਦੇ ਨੇ, ਪਾਰਟੀ ਦੇ ਕੋਈ ਪਾਰਟੀ ਨਾ ਕੋਈ ਸਾਡੇ ਕਿਸੇ ਸੱਜਣਾ ਨਾ ਕੋਈ ਮਨ ਮੁਟਾਵ ਸੀਗਾ ਇੱਕਦਮ, ਕਿਉਂਕਿ ਕਈ ਵਾਰ ਇਨਸਾਨ ਇਹੋ ਜਿਹਾ ਫੈਸਲਾ ਲੈ ਬੈਠਦਾ ਜਿਹਦੇ ਨਾਲ ਪਰਿਵਾਰ ਵੀ ਨਿਰਾਸ਼ ਹੁੰਦਾ, ਪਾਰਟੀ ਵੀ ਨਿਰਾਸ਼ ਹੁੰਦੀ ਹੈ, ਸਾਰੇ ਜਿਹੜੇ ਸਾਡੇ ਸੱਜਣ ਨੇ ਸਾਰਿਆਂ 'ਚ ਨਿਰਾਸ਼ਤਾ ਵੀ ਆਈ ਕਿ ਕਿਉਂ ਸਾਡੇ ਪਰਿਵਾਰ ਦਾ ਅੰਗ ਹੈ, ਕੀ ਕਾਰਨ ਹੋ ਗਿਆ, ਕਿੱਦਾਂ ਚਲਿਆ ਗਿਆ। ਸਾਰਿਆਂ ਨੇ ਉਪਰਾਲਾ ਵੀ ਕੀਤਾ ਕਿਉਂਕਿ ਬਾਪੂ ਜੀ ਬੈਠੇ ਨੇ, ਇਹਨਾਂ ਨੇ ਵੀ ਬੜਾ ਮਹਿਸੂਸ ਕਰਿਆ ਕਿ ਮੇਰਾ ਬੱਚਾ ਵੀ ਇਹ ਜਾਣਾ ਨਹੀਂ ਚਾਹੀਦਾ, ਅਕਾਲੀ ਦਲ ਸਾਡਾ ਪਰਿਵਾਰ ਹੈ। ਅਤੇ ਸਾਡੇ ਭੈਣ ਜੀ ਰੂਬੀ ਭਾਟੀਆ ਜੀ ਬੈਠੇ ਨੇ, ਉਹਨਾਂ ਨੇ ਰਾਤ ਮਤਲਬ ਇਹ ਬੜਾ ਮਹਿਸੂਸ ਕਰਿਆ, ਇਹਨਾਂ ਦੇ ਵਾਕਈ ਘਰ ਰਾਤ ਰੋਟੀ ਨਹੀਂ ਪੱਕੀ, ਉਹ ਕਹਿੰਦੇ ਵੀ ਸਾਨੂੰ ਤਾਂ ਚੰਗਾ ਹੀ ਨਹੀਂ ਲੱਗਿਆ ਕਿ ਅਸੀਂ ਸ਼ੁਰੂ ਤੋਂ ਜਨਮ ਤੋਂ ਅਕਾਲੀ ਦਲ ਨਾਲ ਚੱਲਦੇ ਆ ਰਹੇ ਹਾਂ, ਕਿ ਇਹੋ ਜਿਹਾ ਕੀ ਭਾਣਾ ਵਰਤ ਗਿਆ, ਜੇ ਕੋਈ ਮਨਮੁਟਾਵਾ ਤਾਂ ਬੈਠ ਕੇ ਹੱਲ ਹੋ ਸਕਦੇ ਆ। ਸੋ ਸਾਡਾ ਜੋ ਵੀ ਰੋਸਾ ਸਾਡੇ ਵੀਰਾਂ ਨਾਲ ਭਾਟੀਆ ਜੀ ਦਾ ਸੀਗਾ ਉਹ ਦੂਰ ਹੋ ਗਿਆ, ਹੁਣ ਭਾਟੀਆ ਜੀ ਸਾਡੇ ਪਹਿਲਾਂ ਮੂੰਹ ਪਰਿਵਾਰ ਦੇ ਅੰਗ ਨੇ, ਕੋਈ ਗੱਲ ਨਹੀਂ, ਪਾਰਟੀ ਕੋਈ ਵਾਰ ਗਲਤੀ ਹੋ ਜਾਂਦੀ ਹੈ ਜ਼ਿੰਦਗੀ 'ਚ, ਜੋ ਹੋਈ ਆ ਪਾਰਟੀ ਉਹ ਮੈਂ ਪਹਿਲਾਂ ਹੀ ਤਰ੍ਹਾਂ ਇਹਨਾਂ ਦਾ ਸਤਿਕਾਰ ਵੀ ਕਰੂੰਗੀ, ਨਾਲ ਇਹਨਾਂ ਨੂੰ ਬਾਂਹ ਮੰਗੋ ਇਹਨਾਂ ਨੂੰ ਜੁੜ ਕੇ ਮਤਲਬ ਚੱਲਾਂਗੇ, ਕੋਈ ਇਹੋ ਜਿਹੀ ਮਤਲਬ ਮਨਮਟਾ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ। ਸੋ ਨਾਲ ਇਹ ਵੀ ਕਹਿੰਦੇ ਹਾਂ, ਕਈ ਵਾਰ ਜਦੋਂ ਕੋਈ ਪਾਰਟੀ 'ਚ ਮਾੜਾ ਮੋਟਾ ਕੋਈ ਬਖਰੇਵਾ ਜਾਂ ਕੋਈ ਕਿਸੇ ਨਾਲ ਰੌਲਾ ਰੱਪਾ ਹੁੰਦਾ ਤਾਂ ਵਿਰੋਧੀ ਪਾਰਟੀਆਂ ਇਹਦਾ ਲਾਹਾ ਵੀ ਲੈਂਦੀਆਂ ਹੁੰਦੀਆਂ ਨੇ, ਆ ਕੇ ਘਰਾਓ ਵੀ ਕਰਦੇ ਨੇ, ਬੰਦੇ 'ਤੇ ਪ੍ਰੈਸ਼ਰ ਵੀ ਬਣਾਉਂਦੇ ਨੇ, ਬਹੁਤ ਸਾਰੇ ਇਹੋ ਜਿਹੇ ਪ੍ਰੈਸ਼ਰ ਬਣ ਜਾਂਦੇ ਨੇ ਜੋ ਕਈ ਵਾਰ ਇਨਸਾਨ ਨੂੰ ਇਹ ਲੱਗਦਾ
ਕਿ ਵਾਕਈ ਮੈਨੂੰ ਜਾਣਾ ਚਾਹੀਦਾ। ਉਹਨਾਂ 'ਤੇ ਵੀ ਮੈਂ ਸੋਚਦਾ, ਜਿੱਥੋਂ ਤੱਕ ਮੈਂ ਸਮਝਦਾ ਕਿ ਪ੍ਰੈਸ਼ਰ ਇਹਨਾਂ 'ਤੇ ਬਣਿਆ ਹੋਊਗਾ, ਜ਼ਰੂਰ ਬਣਿਆ ਹੋਊਗਾ, ਪਰ ਉਹ ਅੱਜ ਇਹਨਾਂ ਦੇ ਪਿਤਾ ਜੀ ਦੇ ਕਹਿਣ 'ਤੇ, ਸਾਡੇ ਭੈਣ ਜੀ ਦੇ ਕਹਿਣ 'ਤੇ ਆਪ ਮਹਿਸੂਸ ਇਹਨਾਂ ਨੇ ਕੀਤਾ, ਬੱਚਿਆਂ ਨੇ ਮਹਿਸੂਸ ਕੀਤਾ ਕਿ ਅਸੀਂ ਜਿਹੜਾ ਸਾਡਾ ਪਰਿਵਾਰ ਅਸੀਂ ਨਹੀਂ ਛੱਡ ਸਕਦੇ, ਪਰਿਵਾਰ 'ਚ ਅਸੀਂ ਦੁਬਾਰਾ ਪਰਿਵਾਰ 'ਚ ਹੀ ਜਾਣਾ। ਸੋ ਭਾਟੀਆ ਜੀ, ਕਿਉਂਕਿ ਸਾਡੇ ਭੈਣ ਜੀ ਜੋ ਰੂਬੀ ਭਾਟੀਆ ਜੀ, ਉਹਨਾਂ ਨੇ ਬਿਲਕੁਲ, ਕੱਲ੍ਹ ਮੇਰੀ ਰਾਤ ਗੱਲ ਹੋਈ, ਉਹ ਕਹਿੰਦੇ ਮੈਂ ਆਪਣੇ ਭਰਾ ਦੇ ਨਾਲ ਹਾਂ, ਮੈਂ ਬਿਲਕੁਲ ਕਿਤੇ ਨਹੀਂ ਗਈ, ਮੈਂ ਤੁਹਾਡੇ ਨਾਲ ਸੀ, ਨਾਲ ਹਾਂ, ਨਾਲ ਹੀ ਰਹੂੰਗੀ। ਕਹਿੰਦੇ ਇਹਨਾਂ ਤੋਂ ਚਲੋ ਜੇ ਕੋਈ ਗਲਤੀ ਹੋਈ ਜਾਏ ਅਸੀਂ ਬਹਿ ਕੇ ਪਰਿਵਾਰ ਦਾ ਮਸਲਾ ਹੱਲ ਕਰਾਂਗੇ, ਇਹਨਾਂ ਨੇ ਕੀਤਾ ਵੀ ਹੈ। ਸੋ ਅੱਜ ਸਾਡਾ ਭਰਾ ਵਾਪਸ ਆਇਆ, ਅਸੀਂ ਸਵਾਗਤ ਕਰਦੇ ਹਾਂ ਅਤੇ ਪਾਰਟੀ ਪਹਿਲਾਂ ਦੀ ਤਰ੍ਹਾਂ ਇਹਨਾਂ ਦਾ ਸਤਿਕਾਰ ਮੰਨ ਰਹੇ। ਪੁੱਛ ਲਓ ਕੀ ਕਹਿਣਾ ਚਾਹੁੰਦੇ ਹੋ ਜੀ, ਜਿਹੜਾ ਅੱਜ ਭਾਟੀਆ ਜੀ ਦੁਆਰਾ ਇਹ ਮੇਰੇ ਪਰਿਵਾਰ ਦਾ ਬੱਚਾ ਹੈ, ਇਹ ਗਲਤ ਪਾਸੇ ਚਲਿਆ ਗਿਆ ਸੀਗਾ, ਫਿਰ ਮੈਨੂੰ ਦੁੱਖ ਬਹੁਤ ਹੋਇਆ ਉਹਦੇ ਕਰਕੇ। ਫਿਰ ਮੈਂ ਜਦ ਇਹਨੂੰ ਕਿਹਾ ਵੀ ਇਹ ਕੀ ਕੀਤਾ, ਇਹ ਫਿਰ ਕਹਿੰਦਾ ਵੀ ਇਹ ਗਲਤ ਕੰਮ ਹੋਇਆ। ਇਸ ਕਰਕੇ ਅਸੀਂ ਤਾਂ ਮਤਲਬ ਪਹਿਲਾਂ ਤੋਂ ਇੱਧਰ ਹੈਗੇ ਹਾਂ, ਅਕਾਲੀ ਦਲ 'ਚ ਹਾਂ, ਤਾਂ ਅਸੀਂ ਕਿਸੇ ਪਾਸੇ ਨਹੀਂ ਜਾ ਸਕਦੇ ਹੈਗੇ। ਇਹ ਮੇਰਾ ਬੇਟਾ ਇੱਧਰ ਇੱਧਰ ਬਾਪੂ ਜੀ, ਮਨ ਦੁਖੀ ਹੋਈ ਪਹਿਲਾਂ, ਅੱਜ ਫਿਰ ਹੁਣ ਖੁਸ਼ੀ ਹੋਈ ਹੈ ਜੀ? ਹਾਂਜੀ ਹਾਂ, ਵਾਪਸ ਆ ਗਿਆ, ਮੁੜ ਕੇ ਆਪਣੀ ਉਸੇ ਪਾਰਟੀ 'ਚ ਆ ਗਿਆ, ਬਹੁਤ ਖੁਸ਼ੀ ਹੋਈ ਹੈ ਹੁਣ।